ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਦੇ ਉੱਤੇ ਨਿਸ਼ਾਨਾ ਵਿੰਨਿਆ। ਉਹਨਾਂ ਕਿਹਾ ਕਿ ਤਕੜੀ ਚੋਣ ਨਿਸ਼ਾਨ ਕਿਸੇ ਹੋਰ ਕੋਲ ਹੈ, ਲੇਕਿਨ ਸੁਖਬੀਰ ਬਾਦਲ ਕਿਸੇ ਹੋਰ ਲਈ ਪ੍ਰਚਾਰ ਕਰਨਗੇ। ਰੱਬ ਬੜਾ ਬਲਵਾਨ ਹੈ। ਸੋ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਵੇਲੇ ਹਾਲਾਤ ਬਣੇ ਹੋਏ ਨੇ, ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਟਿੱਪਣੀ ਕਰਦੇ ਨੇ। ਉਹ ਸੋਸ਼ਲ ਮੀਡੀਆ ਹੈਂਡਲ ਐਕਸ ਦੇ ਉੱਤੇ ਬਾਕਾਇਦਾ ਟਵੀਟ ਕਰਦੇ ਨੇ। ਉਹ ਲਿਖਦੇ ਨੇ ਕਿ ਤਕੜੀ ਚੋਣ ਨਿਸ਼ਾਨ ਕਿਸੇ ਹੋਰ ਕੋਲ ਹੈ ਤੇ ਸੁਖਬੀਰ ਬਾਦਲ ਕਿਸੇ ਹੋਰ ਦੇ ਲਈ ਪ੍ਰਚਾਰ ਕਰਨਗੇ। ਰੱਬ ਬੜਾ ਬਲਵਾਨ ਹੈ। ਦੱਸਦੀ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ, 100 ਸਾਲ ਪੁਰਾਣੀ ਪਾਰਟੀ ਹੈ, ਲੇਕਿਨ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਸਿਰਫ 3 ਵਿਧਾਇਕ ਰਹਿ ਗਏ ਨੇ, 1 ਸਾਂਸਦ ਹੈ। ਇਹ ਉਹ ਪਾਰਟੀ ਹੈ ਜਿਸ ਦੇ ਕੋਲ ਕਿਸੇ ਵੇਲੇ 74-75 ਦੇ ਕਰੀਬ ਵਿਧਾਇਕ ਹੁੰਦੇ ਸੀ, ਯਾਨੀ ਮੈਜੋਰਟੀ ਦੇ ਵਿੱਚ। ਲੇਕਿਨ ਹੁਣ ਇਸ ਵੇਲੇ ਜਿਸ ਤਰ੍ਹਾਂ ਹਾਸ਼ੀਏ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਆ ਗਈ ਹੈ, ਉਸ ਤੋਂ ਬਾਅਦ ਹੁਣ ਇੱਕ ਧੜਾ ਅਲੱਗ ਹੋ ਚੁੱਕਾ ਹੈ, ਜਿਸ ਦੇ ਵੱਲੋਂ ਲਗਾਤਾਰ ਚੁਣਦਾ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਮੁਆਫ਼ੀ ਮੰਗਣ ਦੀ ਗੱਲ ਹੋ ਰਹੀ ਹੈ ਕਿ ਭੁੱਲਾਂ ਬਖਸ਼ਾਈਆਂ ਜਾਣ। ਕਿਹਾ ਇਹ ਜਾ ਰਿਹਾ ਕਿ ਕੁਝ ਅਜਿਹੇ ਫੈਸਲੇ ਲਏ ਗਏ ਪ੍ਰਧਾਨ ਦੇ ਵੱਲੋਂ ਜਿਸ ਨੇ ਪਾਰਟੀ ਨੂੰ ਹਾਸ਼ੀਏ 'ਤੇ ਲਿਆ ਕੇ ਰੱਖ ਦਿੱਤਾ ਹੈ। ਲਗਾਤਾਰ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ, ਬਾਗੀ ਧੜਾਂ ਜਿਸ ਦੇ ਵਿੱਚ ਕਈ ਅਕਾਲੀ ਦਲ ਦੇ ਸੀਨੀਅਰ ਵੱਡੇ ਲੀਡਰ, ਜਿਨ੍ਹਾਂ ਦੇ ਵੱਲੋਂ ਪਹਿਲਾਂ ਜਲੰਧਰ ਦੇ ਵਿੱਚ ਇੱਕ ਮੀਟਿੰਗ ਕੀਤੀ ਜਾਂਦੀ ਹੈ, ਫਿਰ ਪ੍ਰੈਸ ਕਾਨਫਰੰਸ ਕਰਦੇ ਨੇ, ਖੁੱਲ੍ਹ ਕੇ ਬੋਲਦੇ ਨੇ ਕਿ ਕਈ ਭੁੱਲਾਂ ਹੋਈਆਂ ਨੇ, ਕਈ ਅਜਿਹੇ ਫੈਸਲੇ ਲਏ ਗਏ ਜਿਸ ਨੇ ਪਾਰਟੀ ਨੂੰ ਲੀਹਾਂ 'ਤੇ ਲਿਆ ਕੇ ਖੜ੍ਹੇ ਕਰ ਦਿੱਤਾ ਹੈ ਅਤੇ ਹੁਣ ਇਸ ਪਾਰਟੀ ਨੂੰ ਮੁੜ ਸੁਰਜੀਤ ਕਰਨ ਦੇ ਲਈ ਵੱਡੇ ਫੈਸਲੇ ਲੈਣੇ ਪੈਣਗੇ। ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਭੁੱਲਾਂ ਬਖਸ਼ਾਉਣੀਆਂ ਪੈਣਗੀਆਂ। ਹੁਣ ਦੇਖਣਾ ਰਹੇਗਾ ਕਿ ਪ੍ਰਧਾਨ ਇਸ ਮਸਲੇ 'ਤੇ ਕਿੰਨਾ ਗੌਰ ਕਰਦੇ ਨੇ, ਲੇਕਿਨ ਇਹ ਮਾਮਲਾ ਜਿਹੜਾ ਹੈ ਇਹ ਹੋਰ ਜ਼ਿਆਦਾ ਤਕਰਾਰ ਵੱਧਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਦੋ ਧੜੇ ਬਣ ਚੁੱਕੇ ਨੇ, ਦੋਹਾਂ ਦੇ ਆਪੋ ਆਪਣੇ ਵਿਚਾਰ ਨੇ, ਸਹਿਮਤੀ ਬਣਦੀ ਹੋਈ ਹਾਲ ਫਿਲਹਾਲ ਨਜ਼ਰ ਨਹੀਂ ਆ ਰਹੀ। ਇਸ ਸਭ ਦਰਮਿਆਨ ਮੁੱਖ ਮੰਤਰੀ ਮਾਨ ਵੀ ਨਿਸ਼ਾਨਾ ਸਾਧਦੇ ਨੇ, ਕਹਿ ਰਹੇ ਨੇ ਕਿ ਤਕੜੀ ਚੋਣ ਨਿਸ਼ਾਨ ਕਿਸੇ ਹੋਰ ਕੋਲ ਹੈ ਅਤੇ ਪ੍ਰਧਾਨ ਸਾਹਿਬ ਬਸਪਾ ਉਮੀਦਵਾਰ ਦੇ ਲਈ ਪ੍ਰਚਾਰ ਕਰਨਗੇ। ਦੱਸ ਦਈਏ ਕਿ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਰਮਿਆਨ ਅਲਾਇੰਸ ਹੋਇਆ, ਗੱਠਜੋੜ ਹੋਇਆ। ਸੋ ਜ਼ਾਹਿਰ ਤੌਰ 'ਤੇ ਪ੍ਰਧਾਨ ਉਹਨਾਂ ਦੇ ਲਈ ਪ੍ਰਚਾਰ ਕਰ ਸਕਦੇ ਨੇ, ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਆਪਣੇ ਤੌਰ 'ਤੇ ਸੁਰਜੀਤ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ। ਉਹਨਾਂ ਨੂੰ ਨਿਸ਼ਾਨ ਵੀ ਤਕੜੀ ਦਾ ਅਲੋਟ ਹੋਇਆ, ਲੇਕਿਨ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਇੱਕ ਫਰਜ਼ੀ ਚਿੱਠੀ ਲਿਖੀ ਜਾਂਦੀ ਹੈ ਜਿਸ ਦੇ ਵਿੱਚ ਨੋਮੀਨੇਸ਼ਨ ਵਾਪਸ ਲੈਣ ਦੀ ਗੱਲ ਹੋਈ। ਇਹ ਬਾਕੀ ਤੁਹਾਡਾ ਇਲਜ਼ਾਮ ਲਗਾ ਰਿਹਾ, ਕਹਿ ਰਿਹਾ ਕਿ ਚੋਰ ਦਰਵਾਜ਼ੇ ਦੇ ਰਾਹੀਂ ਕੋਸ਼ਿਸ਼ ਕੀਤੀ ਗਈ ਕਿ ਨਿਸ਼ਾਨ ਵੀ ਵਾਪਸ ਲਿਆ ਜਾਏ ਅਤੇ ਨਾਮਜ਼ਦਗੀ ਵੀ ਵਾਪਸ ਹੋਏ, ਲੇਕਿਨ ਅਜਿਹਾ ਹੋਇਆ ਨਹੀਂ। ਸੋ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਾਲ ਫਿਲਹਾਲ ਕੁਝ ਠੀਕ ਨਜ਼ਰ ਨਹੀਂ ਆ ਰਿਹਾ। ਜਗ ਜ਼ਾਹਰ ਇਹ ਚੀਜ਼ ਹੋ ਚੁੱਕੀ ਹੈ ਔਰ ਇਹ ਤਕਰਾਰ ਵੱਧਦੀ ਹੋਈ ਨਜ਼ਰ ਆ ਰਹੀ ਹੈ, ਲੇਕਿਨ ਲਗਾਤਾਰ ਬਿਆਨ ਤਾਂ ਸਾਹਮਣੇ ਇਹ ਆ ਰਹੇ ਨੇ ਕਿ ਅਜਿਹਾ ਕੁਝ ਨਹੀਂ ਹੈ, ਕੋਈ ਅਲੱਗ ਪਾਰਟੀ ਨਹੀਂ ਬਣਾਉਣੀ, ਨਾ ਹੀ ਕੋਈ ਬਗਾਵਤ ਹੈ, ਨਾ ਹੀ ਕੋਈ ਬਾਗੀ ਸੁਰ ਨੇ ਸਿਰਫ ਔਰ ਸਿਰਫ ਪਾਰਟੀ ਨੂੰ ਲੀਹਾਂ 'ਤੇ ਲਿਆਉਣਾ, ਮੁੜ ਸੁਰਜੀਤ ਕਰਨਾ ਹੈ। ਲੇਕਿਨ ਮੁੱਖ ਮੰਤਰੀ ਮਾਨ ਜ਼ਰੂਰ ਇਸ ਮਸਲੇ ਦੇ ਉੱਤੇ ਟਿੱਪਣੀ ਕਰ ਰਹੇ ਨੇ, ਧਿਆਨ ਦੇ ਰਹੇ ਨੇ, ਉਹਨਾਂ ਦੇ ਵੱਲੋਂ ਅਕਾਲੀ ਦਲ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ।